ਜਿੱਥੇ ਬੇਟੀ ਬਚਾਓ ਤੇ ਬੇਟੀ ਪੜਾਓ ਨਾਰਾ ਸਰਕਾਰ ਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲਾਇਆ ਜਾਂਦਾ ਹੈ, ਉੱਥੇ ਹੀ ਕੁਝ ਕੁ ਲਾਲਚੀਆਂ ਵੱਲੋਂ ਲਿੰਗ ਨਿਰਧਾਰਿਤ ਟੈਸਟ ਕਰਵਾ ਕੇ ਬੇਟੀ ਨੂੰ ਕੁੱਖ ਵਿੱਚ ਹੀ ਮਰਵਾ ਦਿੱਤਾ ਜਾਂਦਾ ਹੈ। ਹਾਲ ਹੀ ਵਿੱਚ ਹਰਿਆਣਾ ਸਿਹਤ ਵਿਭਾਗ ਦੀ ਟੀਮ ਨੇ ਗਰਭ ਵਿੱਚ ਬੱਚੇ ਦੇ ਲਿੰਗ ਦੀ ਜਾਂਚ ਕਰਨ ਤੇ ਗੈਰ ਕਾਨੂੰਨੀ ਗਰਭਪਾਤ ਕੀਤੇ ਜਾਣ ਦੇ ਚੱਲ ਰਹੇ ਲਿੰਗ ਜਾਂਚ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਸਿਵਲ ਸਰਜਨ ਦੀ ਟੀਮ ਵਿੱਚ ਪਹੁੰਚੇ ਡਾਕਟਰ ਬੁੱਧ ਰਾਮ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਮਾਨਸਾ ਦਾ ਇੱਕ ਦਲਾਲ ਹੈ ਜੋ ਔਰਤਾਂ ਦੀ ਗਰਭ ਅਵਸਥਾ ਵਿੱਚ ਗਰਭਪਤੀ ਦੇ ਭਰੂਣ ਦੀ ਲਿੰਗ ਜਾਂਚ ਕਰਵਾਉਂਦਾ ਹੈ। ਕਿੰਨੇ ਚਿਰ ਤੋਂ ਇਹ ਕੰਮ ਕਰ ਰਹੇ ਹੋ ਲਿੰਗ ਜਿਹੜਾ ਟੈਸਟ ਕਰਾਂ? ਮੈਂ ਦੂਜੀ ਵਾਰ ਆਇਆ। ਕਿੱਥੋਂ ਆਏ ਹੋ ਤੁਸੀਂ? ਮਾਨਸਾ ਤੋਂ। ਕੀ ਨਾਮ ਕੀ ਤੁਹਾਡਾ? ਪਿੰਡ ਸਮਾਉ ਜੀ। ਕੀ ਨਾਮ ਕੀ ਹੈ ਤੇਰਾ? ਨਾਮ ਜਸਵੀਰ ਸਿੰਘ। ਡਾਕਟਰ ਹੋ ਤੁਸੀਂ? ਆਰਐਮਪੀ ਰੋ। ਅੱਛਾ, ਤੇ ਕਸਟਮਰ ਤੁਸੀਂ ਲੈ ਕੇ ਆਉਂਦੇ ਹੋ? ਆ ਮੈਡਮ ਲੈ ਕੇ ਆਉਂਦੇ। ਤੇ ਤੁਸੀਂ ਕਿੰਨੀ ਵਾਰੀ ਆਏ ਹੋ ਇੱਥੇ ਤੇ ਕਿੰਨੇ ਪੈਸੇ ਤੁਹਾਨੂੰ ਦਿੱਤੇ ਜਾਂਦੇ ਆ? ਮੈਂ 10,000 ਦਿੱਤਾ ਸੀ। ਕਿੰਨਾ ਚਿਰ ਹੋ ਗਿਆ ਇਹ ਕੰਮ ਕਰਦੇ ਨੂੰ? 10 ਸਾਲ ਹੀ ਹੋਏ। ਪਹਿਲਾਂ ਵੀ ਕਦੇ ਆਏ ਹੋ? ਇੱਕ ਵਾਰ ਆਏ ਜੀ ਪਹਿਲਾਂ। ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਹੋ ਜਾਂ ਵੈਸੇ ਤੁਹਾਡੇ ਕੋਲ ਲਾਇਸੈਂਸ ਹੈਗਾ? ਹੱਥ ਸਾਈਡ ਤੇ। ਤੁਸੀਂ ਕੀ ਕੰਮ ਆਏ ਸੀ? ਤੁਹਾਡੇ ਕੋਲ ਲਾਇਸੈਂਸ ਹੈਗਾ ਜੀ? ਨਾ ਜੀ, ਲਾਇਸੈਂਸ ਬਗੈਰ ਲਾਇਸੈਂਸ ਤੋਂ ਪ੍ਰੈਕਟਿਸ ਕਰਦੇ ਹੋ? ਹਾਂਜੀ। ਤੁਸੀਂ ਇੱਥੇ ਕੀ ਕੰਮ ਆਏ ਸੀ? ਬਸ ਟੈਸਟ ਹੀ ਕਰਾਉਣਾ ਸੀ। ਕਦੋਂ ਟੈਸਟ ਕਰਾਉਣਾ ਸੀਗਾ? ਆ ਬੱਚੇ ਵਾਲਾ ਜੀ। ਚਲੇ ਕਿੱਥੋਂ ਲਿਆਂਦਾ ਸੀਗਾ ਇਹ? ਮੇਲ ਫੀਮੇਲ ਦਾ ਕਰਾਉਣਾ? ਹਾਂਜੀ ਹਾਂਜੀ, ਮੇਲ ਫੀਮੇਲ। ਅੱਛਾ, ਕਿੰਨੇ ਇੱਥੇ ਆਏ ਸੀਗੇ? ਪਹਿਲਾਂ ਵੀ ਆਏ ਸੀ। ਤੁਹਾਡਾ ਕੰਟੈਕਟ ਕਿਹਦੇ ਨਾਲ ਹੋਇਆ ਸੀ? ਆ ਮੈਡਮ ਨਾਲ। ਤੇ ਮੈਡਮ ਤੁਹਾਡੇ ਕੋਲ ਆਏ ਸੀ, ਇਹਨਾਂ ਨੇ ਟੈਸਟ ਕਰਾਉਣਾ ਸੀਗਾ? ਨਾ ਨਾ, ਇਹ ਕਰਾ ਕੇ ਲੈ ਕੇ ਆਉਂਦੇ ਪਹਿਲਾਂ ਉਹਨੂੰ। ਇਹ ਕਰਾ ਕੇ ਲੈ ਕੇ ਆਉਂਦੇ ਆ? ਕਿੰਨੀ ਵਾਰ ਕਰਾ ਚੁੱਕੇ ਹੋ ਤੁਸੀਂ ਟੈਸਟ ਇਹ? ਮੈਂ ਤਾਂ ਦੂਜੀ ਵਾਰ ਹੀ ਆਇਆ ਜੀ। ਨਹੀਂ, ਕਿਸੇ ਹੋਰ ਲੈਬੋਰਟਰੀਆਂ ਦੇ ਵਿੱਚ ਵੀ ਕਰਵਾਇਆ ਮੋਗਾ? ਨਾ ਨਾ ਜੀ, ਨਾ। ਅੱਛਾ, ਤੁਸੀਂ ਵੀ ਜਾਣੇ? ਥੈਂਕ ਯੂ। ਕੌਣ ਹੋ ਜੀ? ਗੁਰਰਾਮ ਜੀ, ਕਹਾਂ ਸੇ ਟੀਮ ਆਈ ਆਪਕੀ ਔਰ ਕਿਆ ਯਹਾਂ ਪੇ ਕਿਆ ਹੁਆ? ਐਸਾ, ਸਿਵਲ ਸਰਜਨ ਸਿਰਸਾ ਕੋ ਇੱਕ ਗੁਪਤ ਸੂਚਨਾ ਮਿਲੀ ਥੀ ਕਿ ਮਾਨਸਾ ਕਾ ਇੱਕ ਟਾਊਟ ਹੈ ਜੋ ਗਰਭ ਅਵਸਥਾ ਮੇ ਗਰਭਵਤੀ ਕੇ ਭਰੂਣ ਕੇ। ਰੰਗਲਾ ਟੀਵੀ ਲਈ ਸੰਜੀਵ ਅਰੋੜਾ ਦੀ ਰਿਪੋਰਟ। ਡਿਸਟ੍ਰਿਕਟ ਐਪਰੇਟਰ ਅਥਾਰਟੀ ਸਿਰਸਾ ਨੇ ਇੱਕ ਟੀਮ ਕਾ ਗਠਨ ਕੀਆ, ਉਸਕੇ ਬਾਅਦ ਟੀਮ ਨੇ ਟਾਊਟ ਸੇ ਸੰਪਰਕ ਕਰਕੇ ਉਸੇ ਬਾਤ ਕੀ ਕਿ ਕਿਆ ਵੈ ਗਰਭਵਤੀ ਕਾ ਲਿੰਗ ਜਾਂਚ ਕਰਵਾ ਦੇਗਾ। ਉਸਨੇ ਕਿਹਾ ਕਿ ਹਾਂ, ਇਹ ਮੈਂ ਕੰਮ ਕਰਵਾ ਦੂੰਗਾ, ਇਸਕੇ ਲਈ 55,000 ਰੁਪਇਆ ਮੈਂ ਲੂੰਗਾ। ਜਿਸਕੇ ਬਾਅਦ ਆਜ ਟੀਮ ਨੇ ਡਿਕੋਏ ਓਪਰੇਸ਼ਨ ਤਿਆਰ ਕੀਆ, ਇੱਕ ਬੋਗਸ ਗ੍ਰਾਹਕ ਤਿਆਰ ਕੀਆ ਔਰ ਉਨਕੋ ਸਾਥ ਲੈ ਕੇ ਟਾਊਟ ਕੇ ਬਤਾਈ ਹੋਈ ਜਗ੍ਹਾ ਮਾਨਸਾ ਕੈਂਚਿਆਂ ਪਰ ਪਹੁੰਚੇ, ਜਹਾਂ ਪੇ ਟਾਊਟ ਨੇ ਡਿਕੋਏ ਕੋ ਆਪਣੇ ਸਾਥ ਲਿਆ ਔਰ ਮੋਗਾ ਮੇ ਆ ਗਿਆ ਔਰ ਬਾਕੀ ਕੀ ਟੀਮ ਉਸਕਾ ਪੀਛਾ ਕਰਤੀ ਰਹੀ। ਬੀਚ ਰਸਤੇ ਮੇ ਹਮਾਰੇ ਸਿਵਲ ਸਰਜਨ ਸਰ ਸੇ ਹਮਨੇ ਬਾਤ ਕਰਕੇ ਮੋਗਾ ਮੇ ਇੱਕ ਟੀਮ ਅਵੇਲੇਬਲ ਕਰਵਾਨੇ ਕੋ ਕਹਾ, ਜਹਾਂ ਪੇ ਹਮੇ ਡਾਕਟਰ ਭੁਪਿੰਦਰ ਕੌਰ ਇਹ ਟੀਮ ਕੇ ਰੂਪ ਮੇ ਆਪਣੀ ਟੀਮ ਕੇ ਸਾਥ ਯਹਾਂ ਮਿਲੇ। ਹਮਨੇ ਟਾਊਟ ਕਾ ਪੀਛਾ ਕੀਆ ਜੋ ਟਾਊਟ ਵਾਰਿਸ ਹੋਸਪਿਟਲ ਕੇ ਪਾਸ ਜਾ ਕੇ ਰੁਕਾ, ਉਸਕੇ ਬਾਅਦ ਉਸਨੇ ਡਿਕੋਏ ਕੋ ਆਪਣੇ ਸਾਥ ਲੈ ਕੇ ਇਸ VM ਸਕੈਨ ਸੈਂਟਰ ਪੇ ਆਇਆ, ਜਹਾਂ ਪੇ ਉਸਨੇ ਇੱਕ ਅਲਟਰਾਸਾਊਂਡ ਖੁਦ ਕਾ ਕਰਵਾਇਆ ਔਰ ਜੈਸਾ ਕਿ ਡਿਕੋਏ ਨੇ ਆਪਣੀ ਸਟੇਟਮੈਂਟ ਮੇ ਬਤਾਇਆ ਹੈ ਕਿ ਉਸਕਾ ਵੀ ਅਲਟਰਾਸਾਊਂਡ ਅੰਦਰ ਹੁਆ, ਲੇਕਿਨ ਉਸਕਾ ਕੋਈ ਫੋਰਮ ਨਹੀਂ ਭਰਾ ਗਿਆ ਔਰ ਇਸਕੇ ਬਾਅਦ ਵਾਪਿਸ ਆ ਕੇ ਕਾਰ ਮੇ ਉਸਨੇ ਪੈਸੇ ਲੀਏ ਡਿਕੋਏ ਸੇ ਔਰ ਉਸਕੇ ਸਾਥ ਜੋ ਮੇਲ ਟਾਊਟ ਥਾ ਜਸਵੀਰ ਸਿੰਘ ਉਸਕੇ ਸਾਥ ਇੱਕ ਮਾਨਸਾ ਸੇ ਹੀ ਇੱਕ ਔਰ ਫੀਮੇਲ ਟਾਊਟ ਵੀ ਥੀ, ਇਸਕਾ ਨਾਮ ਵੀਰਪਾਲ ਕੌਰ ਹੈ, ਤੋ 32,000 ਵੀਰਪਾਲ ਕੌਰ ਨੇ ਲੀਏ ਔਰ 22,000 ਆਪਣੇ ਜਸਵੀਰ ਸਿੰਘ ਨੇ ਲੀਏ। ਤੋ ਸਾਰੀ ਟੀਮ ਸਭੀ ਡਿਕੋਏ ਔਰ ਟਾਊਟਸ ਕੋ ਲੈ ਕੇ ਸਕੈਨ ਸੈਂਟਰ ਪੇ ਆਈ, ਜਹਾਂ ਪੇ ਉਨਕੀ ਤਲਾਸ਼ੀ ਲੀ ਗਈ
और पैसे रिकवर किए। पैसे वही थे जो डिकॉय ऑपरेशन के लिए सीएमओ साहब ने नंबर नोट करके दिए हुए। किस चीज़ का टेस्ट करवाने आए थे सर? यहाँ पे गर्भ में लिंग जांच करवाने आए थे, लड़का है या लड़की। तो ये कितने पैसे लेते हैं? ये जो दलाल से जो बात हुई थी उसने 54,000 रुपये में बात की थी, जबकि उनमें से दो दलालों ने आपस में 22,000 और 32,000 बांट लिए। एक 32,000 में से उसने आगे यहाँ पे कोई रविंदर और स्टाफ नर्स का उसने जिक्र किया है कि उसको देने थे मैंने पैसे। केड़ा सेंटर केड़ा ये है? ये VM स्कैन सेंटर। तो सर कब से चल रहा है, कुछ पता लगा? ये उसने बताया कि मैं 3-4 केस पहले लेके आ चुकी हूँ यहाँ पर, और ये मेरा 4th-5th केस है, और अब आगे की जो भी कार्रवाई है वो पूरी मोगा टीम इसमें करेगी कि इसमें इन्वॉल्वमेंट किस किस की इन्वॉल्वमेंट रही है, क्या सिर्फ टाउट्स की इन्वॉल्वमेंट है या जो रेडियोलॉजिस्ट है उसकी भी कोई इन्वॉल्वमेंट है। तो मानसा में जो डॉक्टर भी है शामिल मानसा में जो डाउट है मानसा के दो डाउट हैं। एक डाउट वहाँ पे जसवीर सिंह है जिससे बात शुरू हुई थी, उसने अपने साथ एक वीरपाल कौर की डाउट को भी साथ लिया था, वो दोनों मानसा से ही आए थे। कोई आरएमपी डॉक्टर भी है? वो आरएमपी है, जसवीर सिंह आरएमपी है और वीरपाल कौर एक आशा वर्कर है। सर देखा जाता है कि सरसा से टीम हमेशा आती है, तो आपको ज़्यादा इन्फॉर्मेशन मिलती है कि दरअसल में क्योंकि हरियाणा जो है 2011 सेंसस में हरियाणा के 10 जिले जो थे वो लिंगानुपात में पूरे देश में कम पाए गए थे, जिसके बाद हरियाणा सरकार ने इसको सख्ती से लेते हुए PNDT एक्ट को बड़ी मतलब दृढ़ता से लागू किया और टीम्स की ड्यूटी लगाई। हमने अपना नेटवर्क वहाँ पे फैलाया और नेटवर्क फैलाने से जैसे ही मतलब हमें कोई सूचना मिलती है अभी कहाँ कौन लोग किस रास्ते से लिंग जांच करवाने जा रहे हैं तो हम फिर उनके पीछे जाते हैं ताकि और भी स्कैन सेंटर के कोई नाम आ रहे हैं। क्या कार्रवाई किया, किस पे की जा रही है? अभी हमने स्पोर्ट मेमो बनाया है और जो टाउट्स जो पकड़े गए हैं रंगे हाथ उनके ऊपर हमने मतलब कार्रवाई के लिए लिखा है, और आगे जो भी छानबीन में जो जो इसमें दोषी पाए जाएंगे उनके खिलाफ FIR में। डॉक्टर कितने है जी? डॉक्टर कितने है जी? डॉक्टर स्कैन सेंटर का नाम है, जरा सेंटर का डॉक्टर कितने है जी? डॉक्टर का सेंटर मौके पे जब हम आए तो यहाँ उपलब्ध नहीं था, उसके फोन करके बुलाने की बात की गई तो उसका फोन नहीं मिल रहा था। कौन डॉक्टर? कौन डॉक्टर का नाम क्या है? डॉक्टर का नाम डॉक्टर वरुण मित्तल बताया गया है। ठीक है सर, और भी स्कैन सेंटर मोगा में जिस पे ये कार्रवाई की जाएगी या कुछ शिकायत आई है? नहीं अभी तो, क्योंकि हमें नहीं पता था कि किस सेंटर पे वो टाउट लेके जाएगा, हम तो टाउट का पीछा करते हुए यहाँ पे आए हैं। अगर वो टाउट के कोई और भी संपर्क में कोई सेंटर होंगे तो वो टाउट ही बता पाएगा। तो टेस्ट करवा लिया था सर? टेस्ट हो चुका था, उसमें टेस्ट हो चुका था, उसका कोई रिकॉर्ड मेंटेन नहीं किया गया, लेकिन वैसे अल्ट्रासाउंड डॉक्टर ने किया है और उसके बाद उसको घर में लड़का है ये बताया गया है, तो उसी के ऊपर आगे की तरह। तो अगर CCTV कोई सामने आया, जैसे CCTV के बारे में जो इनका CCTV ऑपरेटर था वो उसने पासवर्ड लगा रखा है तो वो फरार है, जिससे कि वो उसमें देख नहीं पा रहे हैं कि CCTV में क्या हमारा डिकॉय पेशेंट अल्ट्रासाउंड रूम में गया था या नहीं गया था, तो उसके लिए पुलिस से रिक्वेस्ट की है कि आप किसी मतलब क्वालिफाइड टेक्नीशियन को बुला के ये रिकवर करवाया जाए। रंगला TV ले संजीव अरोड़ा की रिपोर्ट।